काले बैंडे कपड़े काला मैंडा फेस गुन्ही परिया मैं फिरा लोग कैन दरवेश सचिका जी मैं परम लेकिन हाल में अपना फेवरेट शो जिसका नाम है जोश कैंपस आज पहुंचे जी पाक पवित्र धरती बाबा फरीद जी धरती ऊपर पहले मत्था टेके तो बाद चलने पर कैंपस में आओ चलिए बिल्कुल आप पहुंच गए अपने आज के कैंपस में अपने कैंपस नाम है जी बाबा बंदा बहादुर स्कूल ऑफ नर्सिंग फरीदकोट आप कहने खूब सारी मस्ती कुड़ी नाल और कुड़ी ने पूछना कि जो कुड़ियाँ होंगे ये जिद्दी बहुत होंगे जिद्दी नाल नाल चुगलियाँ बहुत कर दी हैं ये चुगली चुगली कर दी जिद अपन चुगा कि आओ चलिए जी मैं पहुंच गया ना सोहनिया सोहनिया कुड़ी तुम्हें पता अज पहुंचे जी फरीदकोट शहर के फरीदकोट शहर की कुड़ियाँ बहुत ही स्मार्ट बहुत ही इंटैलीजेंट बहुत ही सोहनिया पर अच्छी एक गल हो रही खासियत चुगली बहुत कर दी है ये कुड़िया चुगली चुगली की कर दी है पुछदा ना कुड़िया को कहती है कुड़िया हाँ जी कुड़िया सत श्री अकाल जी ठीक ठाक हो यही पंगा पा है ना अच्छा मैं दसो भी कुड़ी जी होंगी चुगली की कर दी आप तो कर दी अच्छा दस दसो की करते होंगे बस कर ली रूममेट ना लड़ाई हुई फिर दूसरे को जाके चुगली कर दी है ये देखी भैड़ी नहीं है ना फिर देखी मैं चुनी मेरी लगी है ना उन्हें मेरा चक से लिया उन्हें नहीं वो तो चकन की गल होगी तो चोरी की गल होगी ना मैं चोरी कर लिया जैसे चुगली जी करती फिर इदा की होंगे ਐਵੇਂ ਇੱਕ ਦੂਜੇ ਨੂੰ ਉਹਨੇ ਕਿਸੇ ਨੂੰ ਕੁਛ ਪਿਆ ਉਹਨੇ ਕਿਸੇ ਮੈਨੂੰ ਆਏ ਕਿਹਾ ਇੱਕ ਦੂਜੇ ਨੂੰ ਲੜਾ ਦਿੰਦੇ ਅੱਛਾ ਇੱਕ ਮੈਂ ਹੋਰ ਦੇਖਿਆ ਵੀ ਜਿਵੇਂ ਮੈਂ ਅੱਜ ਤੱਕ ਨੋਟਿਸ ਕੀਤਾ ਇੱਕ ਦੂਜੇ ਸੂਟ ਨੂੰ ਦੇਖ ਕੇ ਬਹੁਤ ਹਾਂਜੀ ਜੇ ਕੋਈ ਨਵਾਂ ਸੂਟ ਜੇ ਸੂਟ ਪਾ ਲਿਆ ਉਹਦਾ ਸੂਟ ਵੇਖਿਆ ਸੀ ਕਿਹੋ ਜਿਹਾ ਸੀਗਾ ਤੇ ਸੂਟ ਦਾ ਸੋਹਣਾ ਤੇ ਪਾ ਜਸ ਦਾਣੀ ਬਸ ਜੱਟਿਆ ਕਹਿੰਦੇ ਹਾਂ ਬੜੀ ਫਿਰਦੀ ਹੀਰੋਇਨ ਹਾਂਜੀ ਹਾਂਜੀ ਜੇ ਮੇਰੇ ਪਾਏ ਹੁੰਦਾ ਫਿਰ ਬੜਾ ਸੋਹਣਾ ਲੱਗਦਾ ਹਾਂਜੀ ਮੇਰੇ ਪਾਏ ਤਾਂ ਬੜਾ ਸੋਹਣਾ ਲੱਗਦਾ ਹਾਂਜੀ ਤੁਸੀਂ ਕਿੰਨੇ ਚੁਗਲੀ ਕਰਦੀ ਕੁੜੀਆਂ ਚੁਗਲੀ ਕਰਦੀਆਂ ਹੈ ਦੇਖ ਕਿੱਦਾਂ ਤੁਰਦੀ ਪਈ ਹੈ ਮੋਸਟਲੀ ਡਾਈਨਿੰਗ ਟੇਬਲ ਤੇ ਹੁੰਦੀ ਆ ਉਹ ਦੇਖਾ ਲੈ ਇਹਦੇ ਨਾਲ ਫਿਰਦੀ ਸੀ ਅੱਜ ਉਹਦੇ ਨਾਲ ਫਿਰ ਡਾਈਨਿੰਗ ਟੇਬਲ ਤੇ ਉਹ ਕਿਦਾਂ ਮੈਸ ਚ ਸਾਡੇ ਮੋਸਟ ਅੱਛਾ ਅੱਛਾ ਹੋਸਟਲ ਚ ਹੋਸਟਲ ਹੋਸਟਲ ਅੱਛਾ ਉਹਦਾ ਮੈਂ ਜ਼ਿਆਦਾਤਰ ਕੀ ਹੁੰਦਾ ਟੌਪਿਕ ਕੀ ਹੁੰਦਾ ਚੁਗਲੀ ਦਾ ਉਹ ਉਹਦੇ ਨਾਲ ਬੈਠੀ ਆ ਉਹ ਦੇਖਾ ਕੀ ਪਾ ਕੇ ਆਈ ਆ ਐਵੇਂ ਕਰਦੀ ਆ ਐਵੇਂ ਕਰਦੀ ਆ ਮੋਸਟਲੀ ਆਹੀ ਮੋਸਟਲੀ ਡਰੈਸਿੰਗ ਸੈਂਸ ਤੇ ਹੁੰਦਾ ਹਾਂਜੀ ਤੁਸੀਂ ਕਹਿੰਦੇ ਹੋ ਹੇਅਰ ਸਟਾਈਲ ਤੇ ਜ਼ਿਆਦਾ ਹੁੰਦਾ ਵਾ ਉਹਨੇ ਦੇਖੀ ਕਿਵੇਂ ਦਾ ਸਿਰ ਵਾਇਆ ਵਾ ਐਵੇਂ ਦੇਖੋ ਦੇ ਉਹਦੇ ਗੁੱਤ ਬਿੰਗੀ ਹੋਈ ਆ ਜਨਾ चुगली बस यही बारे उसने गल मेरे बारे
ਲੜਕੀ ਦੂਸਰੀ ਲੜਕੀ ਬਾਰੇ ਕਹਿੰਦੀ ਆ ਆਪਾਂ ਮੂੰਹ ਫਟਿਆ ਅੱਛਾ ਜੋ ਕਹਿਣਾ ਮੂੰਹ ਤੇ ਕਹਿਣਾ ਹਾਂਜੀ ਭਾਵੇਂ ਮਾੜਾ ਲੱਗੇ ਭਾਵੇਂ ਚੰਗਾ ਲੱਗੇ ਹਾਏ ਹਾਏ ਇਹ ਕੁੜੀ ਸਿਆਣੀ ਮੈਂ ਚੁਗਲੀ ਦੇ ਵਿੱਚ ਅਗਲੇ ਦੀ ਡਰੈਸ ਅਪ ਨੂੰ ਕਰਦੀ ਹਾਂ ਡਰੈਸ ਅਪ ਕੀ ਮਤਲਬ ਮੜਾ ਕਰਕੇ ਦਿਖਾਓ ਜੇ ਆਪਾਂ ਇਹਨਾਂ ਦੀ ਕਰਦੇ ਨਹੀਂ ਕਰੀਏ ਨਾ 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 ਕਿ ਨਹੀਂ ਕਰਦੀ ਇਹਨਾਂ ਦਾ ਡਰੈਸ ਅਪ ਅੱਛਾ ਨਹੀਂ ਆ ਹਾਂ ਕੁੜੀਆਂ ਸਾਰੀਆਂ ਚੁਗਲੀਆਂ ਬਹੁਤ ਕਰਦੀਆਂ ਜਿੱਥੇ ਕੁੜੀਆਂ ਹੋਣ ਉੱਥੇ ਚੁਗਲੀਆਂ ਨੂੰ ਫਿਰ ਗੱਲ ਹੀ ਨਹੀਂ ਬਣਦੀ ਪਰ ਵੈਸੇ ਕੁੜੀਆਂ ਕਰਦੀਆਂ ਕਿ ਚੁਗਲੀ ਕਰਦੀਆਂ ਜੇ ਆਪਾਂ ਮੈਂ ਸਲਾਹ ਕਰਕੇ ਗੱਲ ਕਰੀਏ ਇਹਨਾਂ 'ਚ ਥੋੜ੍ਹਾ ਜੈਲਸੀ ਫੈਕਟਰ ਯਾਦ ਆ ਹੁੰਦਾ ਦੂਸਰੇ ਬਾਰੇ ਗੱਲਾਂ ਕਰਦੀਆਂ ਰਹਿੰਦੀਆਂ ਇਹਨਾਂ 'ਚ ਆਪ ਤਾਂ ਨਹੀਂ ਹੈ ਨਾ ਆਪ ਤਾਂ ਨਹੀਂ ਨਾ ਬਹੁਤ ਇਹਨਾਂ 'ਚ ਕਿਤੇ ਜੈਲਸੀ ਫੈਕਟਰ ਜ਼ਿਆਦਾ ਹੁੰਦਾ ਮੇਰੇ 'ਚ ਹੈ ਨਹੀਂ ਹੈ ਨਾ ਵੈਸੇ ਕੀ ਜੈਲਸੀ ਫੈਕਟਰ ਕੀ ਮੁੰਡੇ 'ਚ ਨਹੀਂ ਹੁੰਦਾ ਹੁੰਦਾ ਹੈ ਬਟ ਐਸ ਕੰਪੇਅਰ ਟੂ ਗਰਲਸ ਘੱਟ ਹੁੰਦਾ ਹੈ ਕੁੜੀਆਂ ਇੱਕ ਥਾਂ ਤੋਂ ਸੁਣ ਕੇ ਦੂਜੇ ਥਾਂ ਮਸਾਲੇ ਲਾ ਕੇ ਗੱਲਾਂ ਕਰਦੀਆਂ ਮਸਾਲੇ ਲਾ ਕੇ ਕਾਲੀ ਮਿਰਚ ਪਾ ਦਿਓ ਮਰਜ਼ੀ ਮਸਾਲੇ ਪਾ ਦਿਓ ਜਿੰਨੇ ਮਰਜ਼ੀ ਕੁੜੀਆਂ ਤਾਂ ਪਵਾ ਲਓ ਜਿੰਨੇ ਮਰਜ਼ੀ ਇਹ ਹੀ ਕਹਿੰਦੀਆਂ ਕਿ ਜਿੰਨੀ ਗੱਲ ਹੁੰਦੀ ਉਨੀ ਉਦੋਂ ਦੁੱਗਣੀ ਬਣਾ ਕੇ ਕੁੜੀਆਂ ਰਾਈ ਦਾ ਪਹਾੜ ਦਾ ਪਤੰਗੜ ਬਣਾ ਦਿੰਦੇ ਇਹਨਾਂ ਦੇ ਮੈਂ ਦੇਖਿਆ ਕੁੜੀਆਂ ਤਿਆਰੀ ਬੜੀ ਹੁੰਦੀ ਜੇ ਰੋਣਾ ਤੇ ਮਿੰਟ 'ਚ ਰੋ ਪੈਂਦੀਆਂ ਨਾ ਨਾ ਕਰਿਆ ਕਰੋ ਸਰ ਨੋ ਸੈਕਿੰਡ ਈਅਰ ਸਾਰੀ ਵੱਲੋਂ ਸੱਚੀ ਗੱਲ ਮੂੰਹ ਤੇ ਕਹਿਣ ਦਾ ਚਸਕਾ ਹੀ ਆ ਰਿਹਾ ਉਹ ਤਾਂ ਠੀਕ ਹੈ ਮੈਂ ਮੰਨ ਗਿਆ ਚਲੋ ਅੱਛੀ ਗੱਲ ਹੈ ਪਰ ਫਿਰ ਵੀ ਮਾੜਾ ਮੋਟਾ ਤਾਂ ਹੁੰਦਾ ਹੀ ਬੰਦੇ ਨੂੰ ਮਾੜਾ ਮੋਟਾ ਤਾਂ ਹੋ ਹੀ ਜਾਂਦਾ ਸਰ ਤੁਸੀਂ ਵੀ ਤਾਂ ਕਰਦੇ ਹੋਵੋਗੇ ਉਹ ਤਾਂ ਠੀਕ ਹੈ ਮੈਂ ਪੁੱਛਣਾ ਨਾ ਵੀ ਕੁੜੀਆਂ ਕੁੜੀਆਂ ਹੀ ਹੁੰਦੀਆਂ ਇਹ ਚੁਗਲੀ ਕਰਦੀਆਂ ਚੁਗਲੀ ਬਸ ਉਹ ਤਾਂ ਬਾਅਦ ਵਿੱਚ ਕਰ ਲਵਾਂਗੇ ਚੁਗਲੀਆਂ ਅਸੀਂ ਸੈਟਰਡੇ ਚੁਗਲੀ ਕਰਦੇ ਕਿ ਉਹਦਾ ਸੂਟ ਨਾ ਮੇਰੇ ਸੂਟ ਨਾਲੋਂ ਜ਼ਿਆਦਾ ਸੋਹਣਾ ਕਾ ਤੂੰ ਆ ਅੱਛਾ ਇਹਨਾਂ ਦੀ ਡਰੈਸਸ ਆ ਜੀ ਬੇਸਿਕਲੀ ਵਾਈਟ ਡਰੈਸਸ ਪਾ ਕੇ ਆਉਂਦੀਆਂ ਸੈਟਰਡੇ ਇਹਨਾਂ ਦੀ ਆਫ ਹੁੰਦਾ ਮੇਰੇ ਖਿਆਲ ਡਰੈਸ ਆਫ ਹੁੰਦੀ ਨਾ ਹਾਂਜੀ ਤੁਸੀਂ ਵੀ ਸੈਟਰਡੇ ਚੁਗਲੀ ਕਰਦੀਆਂ ਹਾਂਜੀ ਗੱਲ ਸੂਟਾਂ ਦੀ ਵੀ ਰੋਲਾ ਨਹੀਂ ਹੋਰ ਵੀ ਕਰ ਲੈਂਦੇ ਆ ਇੱਕ ਵਾਰ ਦੱਸ ਦਿੰਦੀ ਨਹੀਂ ਬਸ ਉਹ ਨਹੀਂ ਦੱਸਣੀ ਉਹ ਸਾਡਾ ਸੀਕ੍ਰੇਟ ਹੈ ਚੁਗਲੀ ਵਰਡ ਚੁਗਲੀ ਕਰਨ ਵਾਸਤੇ ਹੀ ਬਣਿਆ ਵੈਰੀ ਗੁੱਡ ਕਿੰਨੀ ਇੰਟੈਲੀਜੈਂਟ ਹੈ ਤਾਲੀ ਮਾਰੋ ਕਰਨੀ ਕੀ ਚੁਗਲੀ ਕਰਨੀ ਜ਼ਰੂਰੀ ਹੁੰਦੀ ਹੈ ਨਹੀਂ ਤਾਂ ਜ਼ਿੰਦਗੀ ਨਹੀਂ ਹੋ ਸਕਦੀ ਜ਼ਿੰਦਗੀ ਨਹੀਂ ਹੈ ਜ਼ਿੰਦਗੀ ਨਹੀਂ ਕੁੜੀਆਂ ਦੀ ਰੋਟੀ ਨਹੀਂ ਹਜਮ ਆਉਂਦੀ ਕੁੜੀਆਂ ਦੇ ਤਾਂ ਹਾਂਜੀ ਅਸੀਂ ਚੁਗਲੀ ਨਹੀਂ ਕਰਦੇ ਕਿਸੇ ਦੇ ਕਰੈਕਟਰ ਨੂੰ ਜੱਜਮੈਂਟ ਕਰਦੇ ਆ ਜਸਟ ਗੱਲਾਂ ਹੀ ਕਰਦੇ ਮਾਈ ਗੋਡ ਕਿੰਨੀ ਦੇਖੋ ਭਾਵਨਾ ਵਾਲੀ ਗੱਲ ਹੈ ਵੀ ਕਰੈਕਟਰ ਨੂੰ ਜੱਜਮੈਂਟ ਕਰਦੇ ਆ ਚੁਗਲੀ ਕਰਦੇ ਮਤਲਬ ਬਿਲਕੁਲ ਨਹੀਂ ਬੋਲਦੀ ਨਹੀਂ ਨਹੀਂ ਬੋਲਦੇ ਆ ਕਰੈਕਟਰ ਨੂੰ ਜੱਜਮੈਂਟ ਸਭ ਤੋਂ ਜ਼ਿਆਦਾ ਬਈ ਤੁਸੀਂ ਬੋਲਦੇ ਹੋਗੇ ਗੱਲ ਤਾਂ ਬੋਲਦਾ ਮੈਂ ਸਾਰਿਆਂ ਤੋਂ ਥੋੜਾ ਬੋਲਦੀ ਆ ਚੁਗਲੀ ਦਾ ਕੋਈ ਟਾਈਮ ਹੁੰਦਾ ਵੀ ਇੰਨੇ ਤੋਂ ਇੰਨੇ ਚੁਗਲੀ ਕਰਨੀ ਹੈ ਨੋ ਕੋਈ ਟਾਈਮ ਨਹੀਂ ਹੁੰਦਾ ਬਸ ਜਦੋਂ ਨਾ ਦਿਲ ਕਰਦਾ ਜਦੋਂ ਆਪਾਂ ਨੂੰ ਲੱਗ ਗਿਆ ਮੌਕਾ ਨਾਲ ਠਾ ਚੁਗਲੀ ਭਈ ਕੋਈ ਨਾ ਰੋਟੀ 10 ਮਿੰਟ ਠਹਿਰ ਜਾ ਉਹ ਗੱਲ ਕਰਦੇ ਚੁਗਲੀ ਹਾਂ ਕੀ ਹੁੰਦੀ ਹੈ ਕੀ ਹੁੰਦੀ ਚੁਗਲੀ ਹੁੰਦੀ ਤਾਂ ਤੁਹਾਨੂੰ ਪਤਾ ਕੀ ਹੁੰਦੀ ਹੈ ਮੈਂ ਤਾਂ ਕਦੇ ਸੁਣੀ ਨਹੀਂ ਓ ਹੋਏ ਸੁਣੀ ਤੁਸੀਂ ਸਾਰਿਆਂ ਨੇ ਨਾ 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 ਇਹ ਜਿਹੜਾ ਬੰਚ ਨਾ ਇਹ ਚੁਗਲੀ ਆ ਜਾਦਾ ਹੈ ਮੈਡਮ ਦੇ ਜਾਣ ਤੋਂ ਬਾਅਦ ਕਰੀਦੀ ਹੈ ਲੋ ਜੀ ਗੱਲ ਕੀਤੀ ਚੁਗਲੀ ਦੀ ਚੁਗਲੀ ਤਾਂ ਆਪਾਂ ਲੱਗਿਆ ਪਤਾ ਨਹੀਂ ਚੁਗਲੀ ਕੀ ਕਰਦੀ ਹੈ ਕੁੜੀਆਂ ਹੁਣ ਇੱਕ ਦੇਖਿਆ ਵੀ ਜਿਹੜੀ ਕੁੜੀਆਂ ਹੁੰਦੀਆਂ ਸਾਡੇ ਘਰ 'ਚ ਕੁੜੀਆਂ ਹੈਗੀਆਂ ਇਹ ਜ਼ਿੱਦੀ ਬੜੀਆਂ ਹੁੰਦੀਆਂ ਮੈਂ ਨਹੀਂ ਕਰਦਾ ਇਹ ਜ਼ਿੱਦ ਨੂੰ ਮਨਾਉਣ ਲਈ ਕੀ ਕੁਝ ਕਰਦੇ ਸਤਿ ਸ਼੍ਰੀ ਅਕਾਲ ਜੀ ਇਹ ਕੁੜੀਆਂ ਜ਼ਿੱਦੀ ਬਹੁਤ ਹੁੰਦੀਆਂ ਨਾ ਇਹ ਜ਼ਿੱਦ ਨੂੰ ਮਨਾਉਣ ਲਈ ਕੀ ਕੁਝ ਕਰਦੀਆਂ ਪਤਾ ਹੀ ਨਹੀਂ ਕੀ ਕੁਝ ਕਰਦੇ ਤੁਸੀਂ ਜ਼ਿੱਦ ਨੂੰ ਮਨਾਉਣ ਲਈ ਕੀ ਕਰਦੇ ਮੈਂ ਤਾਂ ਇਹੀ ਕਹਿੰਦੀ ਹੁੰਦੀ ਕਿ ਮੈਂ ਟੈਸਟ ਨਹੀਂ ਦੇਣਾ ਜੇ ਮੇਰੇ ਨਾਲ ਗੱਲ ਨਾ ਕੀਤੀ ਜਾਂ ਮੇਰੇ ਆਪਦੀ ਜ਼ਿੱਦ ਪੂਰੀ ਕਰਨੀ ਹੋਵੇ ਮੈਂ ਮੰਮੀ ਹੋਣਾ ਨੂੰ ਇਹੀ ਕਹਿੰਦੀ ਹੁੰਦੀ ਕਿ ਮੈਂ ਤਾਂ ਪੜ੍ਹਨਾ ਹੀ ਨਹੀਂ ਮੈਂ ਪੜ੍ਹਨਾ ਹੀ ਨਹੀਂ ਅਬ ਸੀ ਕੁਛ ਨਾ ਕੁਛ ਤੋੜਨ ਲੱਗ ਗਿਆ ਉਹ ਤੇਰਾ ਪਲਾਉ ਜਾਂ ਫਿਰ ਗੁੱਸਾ ਸ਼ੋਅ ਕਰਨ ਲੱਗ ਗਿਆ ਤੁਸੀਂ ਕੀ ਕੁਛ ਤੋੜਿਆ ਤਾਂ ਇੱਥੇ ਕਰਦਾ ਬੋਲਦੇ ਨਹੀਂ ਕਰਦਾ ਕੀ ਕੁਛ ਤੋੜਿਆ ਅੱਜ ਤੱਕ ਕੁਛ ਵੀ ਲਾਈਕ ਕੋਈ ਗਲਾਸ 6 ਗਲਾਸ ਨਹੀਂ 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 9 ਪਲੇਟਾਂ ਆਪਣੇ ਹੈ ਨਾ ਕੱਪ ਵਗੈਰਾ ਲਾਈਕ ਕੁਛ ਇਦਾਂ ਸੁੱਟ ਦਿੰਦੇ ਆ ਅੱਛਾ ਤੇ ਜਾਂ ਫਿਰ ਗੁੱਸਾ ਸ਼ੋਅ ਕਰੀ ਇਹ ਕਿੱਥੇ ਦੀ ਸਿਆਣਾ ਹੋਵੇ ਜੇ ਗੁੱਸਾ ਆਪਣਾ ਮੌਲੀ ਵੀ ਕਰਦੇ ਭਾਂਡੇ ਬੰਦ ਨਹੀਂ ਮੈਂ ਆਲਵੇਸ ਇਦਾਂ ਹੀ ਕਰਦੀ ਆ ਗੁੱਸਾ ਮੈਨੂੰ ਖੁੱਤੇ ਹੁੰਦਾ ਮੈਂ ਗੁੱਸਾ ਅਗਲੇ ਤੇ ਕੱਢ ਦਿੰਨੀ ਆ ਕਦੀ ਆਪਣਾ ਫੋਨ ਚੱਕ ਕੇ ਮਾਰਿਓ ਨਹੀਂ ਫੋਨ ਨਹੀਂ ਤੋੜਨਾ ਫੋਨ ਨਹੀਂ ਤੋੜਨਾ ਫੋਨ ਨਹੀਂ ਤੋੜਨਾ ਉਹ ਤੇ ਵਟਸਐਪ ਜੂ ਚੱਲਦਾ ਉਹ ਤੇ ਫੇਸਬੁੱਕ ਚੱਲਦੀ ਐਵੇਂ ਥੋੜੀ ਤੋੜ ਦਵਾਂ ਹੁਣ ਮੈਂ ਭਾਂਡੇ ਤਾਂ ਫੇਰ ਆ ਜੂਗੇ ਹਾਂਜੀ ਇਹ ਫੋਨ ਚਲਾ ਕੇ ਮਾਰ ਲਈ ਹੈ ਕਿੱਥੇ ਆਪਣੇ ਵਾਲਾ ਫੋਨ ਜਿਹੜਾ ਸੀਗਾ ਚਿੱਟੇ ਵਾਲਾ ਟੁੱਟ ਗਿਆ ਤੋੜ ਸੱਚ ਤੋੜਤਾ ਗੁੱਸੇ 'ਚ ਜ਼ਿੱਦ 'ਚ ਆਪਣਾ ਫੋਨ ਦਾ ਨੁਕਸਾਨ ਗੁੱਸਾ ਗੁੱਸਾ ਕਿਸ ਤਰ੍ਹਾਂ ਕੱਢਣਾ ਹੁਣ ਅੱਛਾ ਜੀ ਇਮੋਸ਼ਨਲ ਅਤਿਆਚਾਰ ਰੋਕੇ ਰੋਕੇ ਨਹੀਂ ਜਿਹੜਾ ਮੈਂ ਹੋਈ ਮੈਂ ਸਵਾਲ ਕਰਦਾ ਇਹ ਰੋਣਾ ਵਾਕੇ ਆ ਜਾਂਦਾ ਰੀਅਲੀ ਹੈ ਹਾਂਜੀ ਐਗਜ਼ੈਕਟਲੀ ਆਉਂਦਾ ਹਾਂ ਇਦਾਂ ਕਹਿ ਹੁੰਦੀ ਕੁੜੀ ਰੋਣ ਦੇ ਮਾਮਲੇ ਹਨਾ ਜਿੱਦੀ ਆਪਾਂ ਬਹੁਤ ਆ ਉਹ ਤਾਂ ਦਿਸਦਾ ਹੀ ਹੋ ਕੀ ਲੱਗਦਾ ਕਰ ਤੂੰ ਨਹੀਂ ਨਹੀਂ ਹੱਸਦਾ ਮੈਂ ਜਿੱਦ ਬਣਾਉਣ ਲਈ ਕੀ ਕੁਝ ਕਰਦੇ ਹੁੰਦੇ ਹੋ ਸਰ ਪਾਪਾ ਦੀ ਬੁੱਕਲ 'ਚ ਬਹਿ ਜਾ ਹਾਏ 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 ਬਾਪੂ ਦੀ ਬੁੱਕਲ 'ਚ ਬਹਿ ਜਾ ਕੀ ਬਾਤ ਹੈ ਜੇ ਡੈਡੀ ਨਾ ਮੰਨਨ ਦੈਨ ਫਿਰ ਡਾਡੂ ਨੂੰ ਰੋ ਰੋ ਕੇ ਆ ਬਾਬਾ ਪਲੀਜ਼ ਮੰਮਾ ਹੁੰਦੇ ਆ ਨਾ ਸਭ ਤੋਂ ਵਧੀਆ ਗਹਿਣਾ ਮਾਂ ਹੁੰਦੀ ਆ ਹਾਂਜੀ ਬੀਬਾ ਜੀ ਚੁਗਲੀ ਮਾਸਟਰ ਜ਼ਿੱਦ ਜ਼ਿੱਦ ਕਰਦੀ ਹੁੰਦੀ
ਬਹੁਤ ਮੈਂ ਬਹੁਤ ਜਿੱਦੀ ਆ ਹਾਂ ਮੈਂ ਰੋਣੀ ਹੁੰਦੀ ਆ ਅੱਛਾ ਇਹ ਗੱਲ ਸੱਚੀ ਸੀ ਦੱਸਿਓ ਕੋਈ ਗੱਲ ਨਹੀਂ ਕੈਮਰਾ ਤੋਂ ਕੋਈ ਗੱਲ ਨਹੀਂ ਇਹ ਵਾਕਈ ਰੋਣਾ ਆਉਂਦਾ ਕਿ ਆਪਾਂ ਨਹੀਂ ਮੈਨੂੰ ਬਹੁਤ ਰੋਣਾ ਆਉਂਦਾ ਮੈਂ ਬਹੁਤ ਰੋਣੀ ਆ ਚੱਲ ਰੁਕ ਦਿਖਾ ਹਾਂ ਟੌਪਿਕ ਕੀ ਨਾ ਆਪੇ ਜਾਣਾ ਹੈ ਅਕੀ ਟੌਪਿਕ ਕੀ ਹੈ ਦੇਖੋ ਦੇਖੋ ਤਿੰਨ ਸਾਲ ਦੇਖੋ ਰਹਿ ਗਏ ਫਿਰ ਤੁਸੀਂ ਸਾਰਿਆਂ ਨੇ ਤੁਸੀਂ ਦੇਖੋ ਵਿਛੜ ਜਾਣਾ ਸਾਰਿਆਂ ਨੇ ਸਾਰਿਆਂ ਨੇ ਵਿਛੜ ਜਾਣਾ ਦੇਖੋ ਕਿੰਨੀਆਂ ਸੋਹਣੀਆਂ ਸਭ ਨੇ ਵਿਛੜ ਜਾਣਾ ਇੱਕ ਦਿਨ ਦੇਖੋ ਨਹੀਂ ਨਹੀਂ ਅੱਛਾ ਜ਼ਿੱਦ ਬਣਾਉਣ ਲਈ ਕੀ ਕੁਛ ਕਰਦੇ ਹੁੰਦੇ ਮੈਂ ਖਾਣਾ ਨਹੀਂ ਖਾਂਦੀ ਚੱਲ ਮੇਰੇ ਭਾਈ ਕਿੰਨਾ ਅੰਨ ਵੱਜਦਾ ਉਹ ਘਰਦਿਆਂ ਦਾ ਮੇਰੇ ਘਰਦੇ ਬਹੁਤ ਚੰਗੇ ਆ ਉਹ ਤਾਂ ਪਹਿਲੇ ਹਾਂ ਹਾਂ ਇਹਨਾਂ ਦੇ ਸਾਰਿਆਂ ਦੇ ਮਾੜੇ ਆ ਤੇਰੇ ਘਰਦੇ ਬਹੁਤ ਚੰਗੇ ਆ ਸੱਚੀ ਚੰਗੇ ਆ ਓਰੀਜਨਲ ਚੰਗੇ ਆ ਓਰੀਜਨਲ ਇਹ ਡੁਪਲੀਕੇਟ ਲਈ ਫਿਰਦੀਆਂ ਜ਼ਿੱਦੀ ਹੁੰਦੀਆਂ ਕੁੜੀਆਂ ਬਹੁਤ ਘਰਦਿਆਂ ਨੂੰ ਬੁਲਾਉਂਦੀਆਂ ਨਹੀਂ ਰੋਟੀ ਨਹੀਂ ਖਾਂਦੀਆਂ ਮੈਂ ਤਾਂ ਕੁਝ ਪੁੱਛਿਆ ਹੀ ਨਹੀਂ ਮੈਂ ਕਿਹਾ ਕੁੜੀਆਂ ਜ਼ਿੱਦੀ ਹੁੰਦੀਆਂ ਬਹੁਤ ਹਾਂ ਕਿ ਨਾ ਤੂੰ ਜ਼ਿੱਦੀ ਹੋ ਥੋੜੀ ਥੋੜੀ ਮੈਂ ਵਿਗੜੀ ਬਹੁਤ ਵਿਗੜ ਗਿਆ ਤੂੰ ਅੱਛਾ ਮਤਲਬ ਮੈਨੂੰ ਦੱਸੋ ਵੀ ਤੁਸੀਂ ਜ਼ਿੱਦ 'ਚ ਕੀ ਜ਼ਿੱਦ ਕਰਦੀਆਂ ਹੁੰਦੀਆਂ ਜਿਹਦੇ 'ਚ ਬਸ ਸੂਟ ਲੈਣਾ ਆ ਲੈਣਾ ਇਹਨਾਂ ਦੀ ਮਾਰ ਸੂਟ ਕਰੀ ਗਿਆ ਇਹਨਾਂ ਨੇ ਚੁਗਲੀ ਕਰਨੀ ਉਹ ਵੀ ਸੂਟ ਦੀ ਜ਼ਿੱਦ ਕਰਨੀ ਉਹ ਵੀ ਸੂਟ ਦੀ ਹੋਰ ਕੋਈ ਨਹੀਂ ਮੰਗਣਾ ਬਸ ਘਰਦੇ ਜੇ ਕੋਈ ਕੰਮ ਕਹਿ ਦੇਣ ਤਾਂ ਭਾਂਡੇ ਜਿੱਧਰ ਜਾਂਦੇ ਆ ਜਾਣ ਘਰੇ ਫਿਰ ਖੜਕਾ ਹੀ ਹੁੰਦਾ ਜੋ ਹੱਥ 'ਚ ਆਇਆ ਡਿੱਗਦਾ ਫਿਰ ਫੋਨ ਹੋਵੇ ਭਾਂਡੇ ਹੋਵੇ ਜੋ ਮਰਜ਼ੀ ਹਾਂ ਹਾਲ ਹੈ ਇਹਦਾ ਮੈਂ ਸੋਚ ਤੁਸੀਂ ਬਹੁਤ ਚੰਗੀ ਹੈ ਇਹ ਤਾਂ ਬਹੁਤ ਭਾਂਡੇ ਕਰਦੇ ਭਾਂਦੋ ਨਹੀਂ ਉਵੇਂ ਨਹੀਂ ਭਾਂਡੇ ਜਿੱਧਰ ਵੱਜ ਗਿਆ ਕਾਲੀ ਕਾਲੀ 'ਚ ਅੱਛਾ ਆਪਣਾ ਕਦੀ ਫੋਨ ਤੋੜਿਆ ਇੱਕ ਵਾਰੀ ਇਹ ਨਹੀਂ ਆਇਆ ਸੀਗਾ ਨੋਕੀਆ ਸੀ ਹੋ ਫਿਰ ਲਿਆ ਨਵਾਂ ਨਹੀਂ ਕਰਦੇ ਕਹਿੰਦੇ ਹੁਣ ਇਹਦੇ ਨਾਲ ਹੀ ਸਾਰ ਕਰਦੇ ਕਹਿੰਦੇ ਹੁਣ ਇਹਨਾਂ ਸਾਰ ਭੰਨ ਭਾਂਡੇ ਤੁਹਾਨੂੰ ਲੱਗਾ ਤੁਹਾਨੂੰ ਪਤਾ ਅੱਜ ਤੱਕ ਇੱਦਾਂ ਵੀ ਹੋਇਆ ਵੀ ਉਹਨਾਂ ਨੇ ਜ਼ਿੱਦ ਕੀਤੀ ਉਹਨਾਂ ਨੇ ਤੁਸੀਂ ਜ਼ਿੱਦ ਕੀਤੀ ਉਹ ਪੂਰੀ ਨਹੀਂ ਕੀਤੀ ਉਹਨਾਂ ਨੇ ਫਿਰ ਹਾਰ ਕੇ ਖਾਣੀ ਪੈਂਦੀ ਰੋਟੀ ਰੋਲਾ ਤਾਂ ਰੋਟੀ ਦਾ ਮੁੜ ਕੇ ਫਿਰ ਖਾ ਲੈਂਦੀ ਚੁਪਾਰ ਕੇ ਛੱਡ ਪਰੇ ਕਿੰਨੇ ਦਿਨ ਦੀ ਛੱਡੂੰਗੀ ਢਿੱਡ ਤਾਂ ਆਪਣਾ ਹੀ ਹੈ ਮਨਾ ਨਹੀਂ ਤਾਂ ਨਾ ਸੀ ਘਰ ਦੇ ਠੀਕ ਹੀ ਹੋਣਗੇ ਨਾ ਜਿੱਦਾਂ ਭਾਂਡੇ ਧੋਣੇ ਪਏ ਤਾਂ ਬਸ ਜਾਣ ਦਿਓ ਕੱਪੜੇ ਧੋਣੇ ਪਏ ਤਾਂ ਬਸ ਜੇ ਕੱਪੜੇ ਧੋਈ ਜਾਣੇ ਹੈ ਖੈਰ ਜਦੋਂ ਹੋ ਜਾਏ ਮੈਂ ਹੋਰ ਚਿੱਟਾ ਕੱਢੂੰਗੀ ਪਾੜਨ ਦਾ ਕੋਨਾ ਦਾ ਹਾਲ ਕਰਨਾ ਵੀ ਪਾੜੀ ਦਾ ਜੇ ਪਾਂਡਾ ਪਤੀਲਾ ਪਤੀਲਾ ਰਗੜੀ ਜਾਣਾ ਏਰੀ ਹਾਂਜੀ ਬਹੁਤ ਜਿੱਦੀ ਹੈ ਸੌਂ ਹੋ ਗਏ ਜਿਹੜਾ ਕੰਮ ਕਹਿੰਦਾ ਕਰਨਾ ਹੀ ਆ ਬਸ ਅੱਛਾ ਵੀ ਜੋ ਮੈਂ ਖਾ ਬਾਪੇ ਦੀ ਸੌਂ ਅੱਛਾ ਕਿੱਦਾਂ 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 ਕੋਈ ਵੀ ਬਸ ਪੂਰੀ ਕਰ ਦਿੰਦੇ ਜਿਹੜਾ ਕੁਛ ਮਰਜ਼ੀ ਹੋ ਜਾਏ ਜਦੋਂ ਕੋਈ ਹੈ ਨਾ ਮੰਮੀ ਜਿੱਦ ਨਹੀਂ ਪੂਰੀ ਕਰਕੇ ਦਿੰਦੇ ਬਸ ਕੰਮ ਸਕੂਲ ਜਦੋਂ ਸਕੂਲ ਟਾਈਮ ਇੰਨਾ ਕੰਮ ਹੁੰਦਾ ਸੀਗਾ ਸਕੂਲ ਦਾ ਬਸ ਉਹੀ ਕਰੀ ਜਾਣਾ ਮੰਮਾ ਨੇ ਫਿਰ ਵੀ ਨਹੀਂ ਬੋਲ ਦੇਣਾ ਨਾਲ ਫਿਰ ਪਾਪਾ ਕਹਿੰਦੇ ਹੁੰਦੇ ਸੀ ਕਹਿੰਦੇ ਸੀਗੇ ਵੀ ਬੁਲਾ ਲਓ ਤੁਸੀਂ ਬੁਲਾ ਲਓ ਕੀ ਹੁੰਦਾ ਸੀ ਮੰਮੀ ਕਹਿੰਦੇ ਹੁੰਦੇ ਸੀ ਪਾਪਾ ਕਹਿੰਦੇ ਹੁੰਦੇ ਜਿੱਦ ਨਹੀਂ ਸੀ ਪੂਰੀ ਹੁੰਦੀ ਕੋਈ ਸਮਝ ਨਹੀਂ ਆਈ ਸ਼ੁਰੂ ਤੋਂ ਸਟਾਰਟ ਕਰਾਂਗੇ ਸਟਾਰਟ ਕਰ ਜਦੋਂ ਮੰਮਾ ਹੁੰਦੇ ਸੀ ਪਾਪਾ ਕੀ ਜਦੋਂ ਮੰਮਾ ਕੋਈ ਵੀ ਜਿੱਦ ਪੂਰੀ ਨਹੀਂ ਕਰਦੇ ਸੀ ਨਾ ਤੇ ਬਸ ਗੁੱਸੇ ਹੋ ਕੇ ਜਿਹੜਾ ਹੋਮਵਰਕ ਮਿਲਦਾ ਸੀ ਸਕੂਲ ਉਹ ਨਹੀਂ ਕਰਦੀ ਸੀ ਉਹ ਕਰੀ ਜਾਂਦੀ ਸੀ ਉਹਨੂੰ ਉਹ ਕਰੀ ਜਾਂਦੀ ਸੀ ਉਹ ਕਰੀ ਜਾਂਦੀ ਸੀ ਹੋਮਵਰਕ ਕਰੀ ਜਾਂਦੀ ਸੀ ਅੱਛਾ ਜਦੋਂ ਹੋਮਵਰਕ ਖਤਮ ਹੁੰਦਾ ਸੀ ਫੇਰ ਵੀ ਕਰੀ ਜਾਂਦੀ ਸੀ ਫਿਰ ਗੁੱਸੇ ਹੋ ਕੇ ਬੈਠ ਜਾਂਦੀ ਜੋਸ਼ ਕੈਂਪਸ ਦਾ ਮੇਰਾ ਬਹੁਤ ਸੋਹਣੀਆਂ ਕੁੜੀਆਂ ਖੜੀਆਂ ਜੀ ਫਰੀਦਕੋਟ ਸ਼ਹਿਰ ਦੀਆਂ ਅੱਜ ਮੈਂ ਦਿਲ ਕਰ ਰਿਹਾ ਮੈਂ ਕੁੜੀ ਨਾਲ ਗੇਮ ਖੇਡਾਂ ਆਪਾਂ ਖੇਡਦੇ ਸੀ ਪੁਗਾਟਾ ਹਾਂ ਕੁੜੀ ਖੇਡਦੇ ਸੀ ਨਾ ਆਪਾਂ ਪੁਗਾਟਾ ਕਲਰਫੁੱਲ ਵਰਸਿਸ ਵਾਈਟ ਵਾਈਟ ਗਰਲਸ ਇਹ ਸੀਨੀਅਰਸ ਨੇ ਜੀ ਇਹ ਫਰੈਸ਼ਰਸ ਨੇ ਜੀ ਹੁਣ ਜਿਹੜੀ ਕੁੜੀ ਇੱਥੋਂ ਨਿਕਲੂਗੀ ਉਹਨਾਂ ਨੂੰ ਸਜ਼ਾ ਦੇਵਗੀਆਂ ਜਦੋਂ ਉਦੋਂ ਨਿਕਲ ਗਈਆਂ ਇਹ ਸਜ਼ਾ ਦੇਣਗੀਆਂ ਸ਼ੈਲ ਵੀ ਸਟਾਰਟ ਆ ਜਾਓ ਮੈਂ ਵੀ ਵਿੱਚ ਹਾਏ ਪਾਰ ਆ ਕਿੰਨਾ ਹੱਥ ਕਰਦਾ 1 2 3 ਇਹ ਕੀ ਹੋਇਆ ਆਪਾਂ ਨਿਕਲ ਗਏ ਆਪਾਂ ਨਿਕਲ ਗਏ ਹਾਂ ਆ ਜਾਓ ਆ ਜਾਓ 1 2 3 ਗੋ ਸ਼ਿਟ ਮੀ ਲਾਰਡ ਆਈ ਐਮ ਰੈਡੀ ਚੱਲ ਬੇਟੇ ਸ਼ਾਬਾਸ਼ ਹੋ ਜਾ ਤਿਆਰ ਸਜ਼ਾ ਮੈਨੂੰ ਮਿਲ ਗਈ ਜੀ ਯਾਰ ਮੈਨੂੰ ਮਿਲ ਗਈ ਵਾਕਈ ਯਾਰ ਤੁਸੀਂ ਪਕੜਵਾ ਪਾਓਗੇ
ਤੁਸੀਂ ਗਾਣਾ ਗਾਓ। थैंक यू। वन टू थ्री। रमनीक गली में मारे फेरे पास आने को मेरे गली में मारे फेरे पास आने को मेरे ओ कभी बरसता नैन मेरे तो कभी बरसता दो कभी बरसता नैन मेरे तो कभी बरसता दो अंबर सरिया मुंडे आवे कचिया गलिया ना तोड़ अंबर सरिया मुंडे आवे One, two, three. मैं तो बाहर निकलूं। आ जाओ बाबा। जा 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 जा। एक्टिंग करनी है जी। शक्तिमान दी। हाँ जी चलो शक्तिमान एक्टिंग। नहीं नहीं है नहीं। इन्हें घर घूम के नहीं आना शक्तिमान डायरेक्टर शक्तिमान आ गया साड़ी कुड़ी सजा दी पहले उन्होंने कहा भी शक्तिमान कहीं शक्तिमान हमारे घर में ऐसे आता सीधा कहना नहीं है हूँ 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 की हूँ 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 करने लगे जी बसंती की एक्टिंग चलो जी गांव वालों में मर जाऊंगी कूद जाऊंगी अगर मेरी मैरिज उसके साथ ना हुई तो इंग्लिश इंग्लिश बसंती इंग्लिश इंग्लिश है वो कहीं शादी है नहीं मैरिज वन थ्री गो चलो जी डांस भी सोना कर देना केड़े गाने थे दसो हाँ गाना गा के आज जी इतने आज दीपा जी एमी साड़ी मैं तो चलूंगी मर्जी नहीं चलनी सजा देने मर्जी नहीं होती कभी भी मैं पकड़ा मैं पकड़ा पाया सी साड़ी आशना सजा मिली है जी आशना ने भंगड़ा पाना गाना गाउणगियां साडियां फ्रेशर्स हाँ जी क्या बात साड़ी कुड़ी दी हाँ जी हुण वेला होया इधरों ना अपने पांच आ जाओ वन टू थ्री रहेगी मेरे नस नस दे विच रोम रोम विच तेरा प्यार ते तेरी खिच तू रुस ना जावे नाड़ मेरे मैं डरदी रहनी ਉਨੀ ਵਾਰ ਤਾਂ ਸਜਣਾ ਵੇ ਤੂੰ ਸਾਹ ਨਹੀਂ ਲੈਂਦਾ ਜਿੰਨੀ ਵਾਰ ਮੈਂ ਤੈਨੂੰ ਚੇਤੇ ਕਰਦੀ ਵਨ ਥ੍ਰੀ ਗੋ ਆਪਾਂ ਦੋਨੋਂ ਬਾਹਰ ਵਨ ਟੂ ਥ੍ਰੀ ਯਾਰ ਬੋਲ ਤਾਂ ਲੜਦਾ ਕਰੋ ਵਨ ਟੂ ਥ੍ਰੀ ਚਲੋ ਜੀ ਸਾਡੇ ਸੁਖਰਾਜ ਨੂੰ ਇਹ ਸਜ਼ਾ ਮਿਲੀ ਕਿ ਸਾਡੀ ਸੁਖਰਾਜ ਨੇ ਗਾਉਣੇ ਆ ਟੱਪੇ ਚਲੋ ਜੀ ਬਾਬਾ ਜੀ ਆਲੂ ਮਟਰ ਬਣਾਏ ਹੋਏ ਕੁੜੀਓ ਪਸੰਦ ਕਰ ਲੋ ਮੁੰਡੇ ਸੇਲ ਤੇ ਆਲੂ ਮਟਰ ਬਣਾਏ ਹੋਏ ਨੇ ਆਲੂ ਮਟਰ ਬਣਾਏ ਹੋਏ ਨੇ ਜੀ ਅਸੀਂ ਨੀ ਪਸੰਦ ਕਰਨੇ ਸਾਡੇ ਪਹਿਲਾਂ ਹੀ ਫਸਾ ਲਓ ਜੀ ਹੁਣ ਵੇਲਾ ਹੋ ਸਾਡੀ ਸਾਡੀ ਕਲਰਫੁਲ ਗਰਲਸ ਆਪਣੇ ਆਪ ਕੁੜੀਆਂ ਪੰਜ ਆ ਜਾਓ ਜੀ ਫਟਾਫਟ ਵਨ ਟੂ ਥ੍ਰੀ No. One, two, three. No. One, two, three. Go. अच्छा आप हम सारे वाइट करें ठीक है वाइट ओके वन टू थ्री बोल ली फस गई
डर था। हाँ जी सजा देंगे सीनियर्स। नवजोत जी साड़ी बहुत भोली जी कुड़ी है, इन्हें सजा ही मिली है क्योंकि है ही भोली, इस करके छोटी सजा दी है कि इन्होंने एक्शन के नाल मछली जलकी रानी है। ओ ओ इन्होंने अपना एक्शन। हाँ जी आओ जी, आओ जी एक्शन के नाल, बिल्कुल एक्शन के नाल जलकी रानी है। चलो मछली जलकी रानी है, जीवन उसका पानी है, हाथ लगाओ डर जाएगी, बाहर निकालो मर जाएगी। सॉरी सॉरी सॉरी, एक बार एक्टिंग सी, जल जाएगी मर जाएगी ऐ थोड़ी हुंदा, कत्थे थोड़ी हो रहा, पूरी एक्टिंग है ना जी, पूरी एक्टिंग नहीं है। हाँ चलो वंस अगेन वंस अगेन, वन टू थ्री। हाँ मछली मछली इधर आओ इधर आओ, मछली मछली, हाँ मछली लगे फंग, मछली जल आज आज आज, हाँ चलो मछली मछली जल की रानी है, जीवन उसका पानी है, हाथ लगाओ डर जाएगी, बाहर निकालो मर जाएगी। चलो थैंक यू वेरी मच वंस अगेन। All to just move on. If I could leave this town forever. Well, Very nice, God. Very nice. God bless you. Tariya. चुप रहने आ नैना नू लोड तेरी दीद दी, दूर भी रहना नहीं आंदा, दिल नू तेरे ना किन्ना प्यारे, सानू ते कहना भी नहीं आंदा, दिल नू तेरे ना किन्ना प्यारे, सानू ते कहना भी नहीं आंदा, तेरे करके रातां नू असी तारे गिणदे आ, लाए जो उंगला उत्ते लारे गिणदे आ, सानू छड़ के गैरा दे संग जोड़न वाली नी, तेरा भी दिल टुटना दिल तोड़न वाली नी, तेरा भी दिल टुटना दिल तोड़न वाली नी। असी सारी थैंक यू कहना चाहने तुहानू सर, साडा टेस्ट सी अज तुसी बचा लो। चंगा लगेगा, मिलता अगले हफ्ते एक नवे कॉलेज में, तो पकड़ा कि खुशी मस्ती। अगर तुम चाहो कि मैं थोड़े कॉलेज में आवां, तुसी मैनू लिख भेजो जी मेरे पेज से जोश कैंपस दा। तब तक मिलता अगले हफ्ते, अपना ख्याल रखियो जी। यस उन्हों का बेटा होया, बहुत ही प्यारा बच्चा, जहाँ नाम रखा है जी हिम्मत। पर एक थोड़ी प्रॉब्लम है कि हिम्मत की मम्मी है थोड़ी बीमार है, तो साढ़े डॉक्टर साहब डायरेक्टर साहब डायरेक्टर भी बने हुए हैं, वो कहते तू जो फीड करेंगे ना तो फिर दवाई पहला खा ली, बड़े डायरेक्टर साहब सब पता ही है। कट वेलकम टू द शॉर्ट ब्रेक, यू वाचिंग योर फेवरेट शो जोश कैंपस दा। मेरा बहुत सारी कुड़ियाँ मुंडे खड़े जी, कुड़ियाँ मुंडे कितों आ गए, मुंडे कितों आ गए, गंदा इन्होंने सलाह कर रही ए तू वाइट करी वाइट करी वाइट करी, है ना कीते सी ना होनी मैं की करा हूं कर लगना। हाँ जी, हाँ जी।